ਸੁਭਾਅ ਹੈ ਕਿ ਅਸੀਂ ਖਾਕੀ ਰੰਗ ਨਾਲ ਡਿਸਕ੍ਰਾਈਬ ਕਰਨ ਲੱਗਦੇ ਹਾਂ ਆਪਣੇ ਆਪ ਨੂੰ, ਭਾਵੇਂ ਸਾਰਾ ਖਾਕੀ ਨਾਂ ਵੀ ਪਾਉਂਦਾ ਹੋਵੇ ਭਾਰਤ, ਪਰ ਇੱਕ ਸਾਡਾ ਇੱਕ ਸਿੰਬਲ ਬਣ ਜਾਂਦਾ ਆ। ਜੇ ਅਮੈਰੀਕਾ ਦਾ ਸਿੰਬਲ ਬਲੂ ਕਲਰ ਬਣ ਜਾਂਦਾ ਆ, ਜੇ ਤੁਸੀਂ ਚੀਨ ਦੀ ਗੱਲ ਕਰਨੀ ਹੈ ਤਾਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਉੱਥੇ ਲਾਲ ਰੰਗ ਦੇ ਕੱਪੜੇ ਜ਼ਿਆਦਾ ਪਾਏ ਜਾਂਦੇ ਆ। ਮਤਲਬ ਇੱਕ ਥੋੜ੍ਹਾ ਜਿਹਾ ਇਹ ਵੀ ਡਿਫਾਈਨ ਕਰੋ ਵੀ ਇਹ ਇਸ ਦੇ ਵੀ ਕੋਈ ਡਾਕੂਮੈਂਟਡ ਹੈਗਾ ਆ ਕਿ ਪਾਰਟੀਸ਼ਨ ਤੋਂ ਪਹਿਲਾਂ ਅਤੇ ਪਾਰਟੀਸ਼ਨ ਤੋਂ ਬਾਅਦ ਜਾਂ ਗੋਰਿਆਂ ਦੇ ਆਉਣ ਤੋਂ ਪਹਿਲਾਂ ਜਾਂ ਗੋਰਿਆਂ ਦੇ ਆਉਣ ਤੋਂ ਬਾਅਦ ਕਿਹੜੇ ਕਿਹੜੇ ਰੰਗ ਪਾਏ ਜਾਂਦੇ ਸੀ, ਕਿਹੜੇ ਕਿਹੜੇ ਰੰਗਾਂ 'ਚ ਬਦਲਾਅ ਆ? ਪਹਿਲਾਂ ਤਾਂ ਜਿਹੜੇ ਜਿਸ ਤਰ੍ਹਾਂ ਮੈਂ ਮੈਨਸ਼ਨ ਕੀਤਾ, ਕੋਟਨ ਹੀ ਪਾਈ ਜਾਂਦੀ ਸੀਗੀ ਔਰ ਉਹਦੇ ਵਿੱਚ ਜਿਹੜੇ ਡਾਇਜ਼ ਹੁੰਦੇ ਸੀਗੇ, ਇੰਡੀਗੋ ਐਂਡ ਮੈਡਰ ਕਹਿ ਲਓ, ਇੰਡੀਗੋ ਬਲੂ ਹੈ, ਮੈਡਰ ਕਹਿ ਲਓ ਲਾਲ ਔਰ ਸ਼ੇਡਸ ਆਫ ਰੈੱਡ, ਇਹ ਪਾਏ ਜਾਂਦੇ ਸੀਗੇ ਅਤੇ ਇਹੋ ਹੀ ਸੀਗਾ। ਬਟ ਤੁਸੀਂ ਜੇ ਪੁਰਾਣੀਆਂ ਪੇਂਟਿੰਗਸ ਦੇਖੋ, ਮਜੋਰਿਟੀ ਆਫ ਲੋਕਾਂ ਨੇ ਚਿੱਟਾ ਪਾਇਆ ਹੋਇਆ। ਤੁਸੀਂ ਪੇਂਟਿੰਗਸ ਵੀ ਉਸ ਟਾਈਮ ਦੀਆਂ ਰਿਪ੍ਰੈਜੈਂਟੇਟਿਵ ਹੈ ਰੰਗ ਬਾਰੇ, ਜਾਂ ਕਿਤੇ ਕਿਤੇ ਹੈ ਫਰਕ ਕਰ ਰੰਗ, ਇਹ ਨਹੀਂ ਮੈਂ ਕਹਿ ਰਹੀ ਕਿ ਨਹੀਂ ਹੈ, ਪਰ ਜਦੋਂ ਐਨਲੀਨ ਡਾਇਸ ਜਦੋਂ ਡਿਵੈਲਪ ਹੋਏ, ਫਿਰ ਵੀ ਕਮ ਬੈਕ ਟੂ ਇੰਡਸਟਰੀਲਾਈਜੇਸ਼ਨ ਇਨ ਦਾ ਵੈਸਟ, ਜਦੋਂ ਐਨਲੀਨ ਡਾਇਸ ਐਂਡ ਆਫ 19th ਸੈਂਚਰੀ ਡਿਵੈਲਪ ਹੋਏ, ਉਹ ਫਿਰ ਇੱਥੇ ਵੀ ਆਇਆ, ਕਿਉਂਕਿ ਜੋ ਇੰਗਲੈਂਡ ਵਿੱਚ ਹੋਇਆ ਉਹ ਫਟਾਫਟ ਇੱਥੇ, ਕਿਉਂਕਿ ਇੱਥੇ ਰੂਲਡ ਸੀਗਾ ਬ੍ਰਿਟਿਸ਼ਰਸ ਦਾ, ਤਾਂ ਇੱਥੇ ਵੀ ਆ ਜਾਂਦਾ ਸੀ। ਫਿਰ ਉਹ ਫਰਕ ਫਰਕ ਬ੍ਰਾਈਟ ਕਲਰਸ ਇਹ ਸਭ ਆ ਗਏ। ਔਰ ਇੱਕ ਇਹ ਵੀ ਹੈ ਕਿ ਜਦੋਂ ਕੱਪੜੇ ਆਏ, ਕੱਪੜੇ ਇੰਪੋਰਟ ਹੋ ਕੇ ਆਏ, ਉਹਨਾਂ ਦੇ ਰੰਗ ਅਲੱਗ ਅਲੱਗ ਸੀਗੇ ਔਰ ਉਹ ਵੀ ਫਿਰ ਲੋਕਾਂ ਨੂੰ ਕੋਨਸੈਪਟ ਔਫ ਵੇਅਰਿੰਗ ਡਿਫਰੈਂਟ ਕਲਰਸ, ਔਰ ਇੱਕ ਕੋਨਸੈਪਟ ਸੀ ਮੈਚਿੰਗ ਦਾ, ਜਿਵੇਂ ਸਲਵਾਰ ਕਮੀਜ਼ ਦੁਪੱਟਾ ਮੈਚਿੰਗ, ਪਹਿਲਾਂ ਇਹ ਕੋਨਸੈਪਟ ਨਹੀਂ ਸੀਗਾ। ਪਹਿਲਾਂ ਲੋਕਾਂ ਕੋਲ ਇੱਕ ਤਾਂ ਜਿਵੇਂ ਨੰਬਰ ਆਫ ਕਲੋਥਸ ਕਹਿ ਲਓ ਘੱਟ ਸੀਗਾ, ਥੋੜ੍ਹੇ ਦੋ ਤਿੰਨ ਕੱਪੜੇ ਕਹਿ ਲਓ, ਇੱਕ ਬਾਹਰ ਆਉਣ ਜਾਣ ਨੂੰ, ਦੋ ਵੈਸੇ ਪਾਉਣ ਨੂੰ, ਇਹ ਥੋੜ੍ਹੇ ਕੱਪੜੇ ਹੁੰਦੇ ਸੀਗੇ। ਫਿਰ ਹੌਲੀ ਹੌਲੀ ਬਹੁਤ ਮੈਚਿੰਗ ਦਾ ਕੋਨਸੈਪਟ, ਉਹਨਾਂ ਕੋਲ ਜੋ ਅਵੇਲੇਬਿਲਿਟੀ ਸੀਗੀ ਉਹ ਇਹ ਸੋਚ ਕੇ ਨਹੀਂ ਸੀ ਪਾਉਂਦੇ ਕਿ ਮੈਂ ਆਹ ਪਾਉਣਾ ਜਾਂ ਨਹੀਂ, ਪਰ ਇਹ ਵੈਸਟ ਨਾਲ ਇਹ ਕੋਨਸੈਪਟ ਵੀ ਆਇਆ, ਲਾਈਟਰ ਕਲਰਸ ਇਹ।